ਬਹੁਤ ਵੱਡੀ ਖਬਰ ਆਈ ਹੈ ਖਬਰ ਇਹ ਹੈ ਕਿ ਮੁਲਾਜ਼ਮਾਂ ਨੂੰ ਉਹਨਾਂ ਦਾ ਬਹੁਤ ਲੰਮਾ ਸਮਾਂ ਜੋ ਪੱਤੇ ਤੇ ਬਕਾਏ ਨੇ ਉਹ ਨਹੀਂ ਮਿਲਦੇ ਇਸ ਨੂੰ ਲੈ ਕੇ ਹੁਕਮ ਜਾਰੀ ਕੀਤਾ ਗਿਆ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ 'ਤੇ ਚੱਲਦੇ ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੇ ਕਮਿਸ਼ਨ ਦਾ ਏਰੀਆ ਰ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਸਰਕਾਰੀ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਮੰਗ ਰੱਖੀ ਗਈ ਸੀ ਪੀਐਸਪੀਸੀਐਲ ਵੱਲੋਂ ਆਪਣੇ ਮੁਲਾਜ਼ਮਾਂ ਦੇ ਲਈ ਜੇਕਰ ਜੀਪੀਐਫ ਦੀ ਫਾਈਨਲ ਪੇ ਦੀ ਗੱਲ ਕਰੀਏ ਤੇ ਪ੍ਰੀ ਆਡੀਟਰ ਨਾਨ ਰਿਫੰਡੇਬਲ ਐਡਵਾਂਸ ਦੀ ਗੱਲ ਕਰੀਏ ਤਾਂ ਇਸ ਨੂੰ ਲੈ ਕੇ ਇੱਕ ਨਵਾਂ ਉਪਰਾਲਾ ਜਾਰੀ ਕੀਤਾ ਗਿਆ ਹੈ ਨਵੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਜੇਕਰ ਜੀਪੀਐਫ ਫੰਡ ਦੀ ਫਾਈਨਲ ਪੇਮੈਂਟ ਦੀ ਗੱਲ ਕਰਦੇ ਹਾਂ ਤਾਂ ਉਸ ਨੂੰ ਫਾਈਨਲ ਪੇਮੈਂਟ ਦੇ ਜੋ ਆਰਡਰ ਸੀ ਉਸ ਨੂੰ ਪੋਸਟ ਰਾਹੀਂ ਭੇਜਿਆ ਜਾਂਦਾ ਸੀ ਜੇਕਰ ਨਾਨ ਰਿਫੰਡੇਬਲ ਐਡਵਾਂਸ ਦੀ ਗੱਲ ਕਰੀਏ ਤਾਂ ਉਹ ਬਾਈ ਹੈਂਡ ਹਾਰਡ ਕਾਪੀ ਦਿੱਤੀ ਜਾਂਦੀ ਸੀ ਪਰ ਹੁਣ ਇਹ ਨਵਾਂ ਉਪਰਾਲਾ ਕੀਤਾ ਗਿਆ ਹੈ ਉਸ ਤੋਂ ਬਾਅਦ ਇਹਨਾਂ ਦੋਵਾਂ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜੇਕਰ ਫਾਈਨਲ ਜੀਪੀਐਫ ਉਹਦੀ ਪੇਮੈਂਟ ਦੀ ਗੱਲ ਕਰੀਏ ਤਾਂ ਹੁਣ ਉਹ ਆਨਲਾਈਨ ਵੈਬਸਾਈਟ ਤੇ ਅਵੇਲੇਬਲ ਹੋਇਆ ਕਰੇਗੀ ਉਸ ਮੁਲਾਜ਼ਮ ਨੂੰ ਤੇ ਇਸੇ ਤਰ੍ਹਾਂ ਨੋ ਰਿਫੰਡੇਬਲ ਪ੍ਰੀ ਅਡਿਟਡ ਐਡਵਾਂਸ ਦੀ ਗੱਲ ਕਰੀਏ ਤਾਂ ਉਹ ਵੀ ਆਨਲਾਈਨ ਹੀ ਦਿੱਤੇ ਜਾਣਗੇ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਉਹ ਡੀ ਡੀਓ ਤੇ ਮੁਲਾਜ਼ਮ ਨੂੰ ਭੇਜੇ ਜਾਣਗੇ ਇਸ ਦੇ ਨਾਲ ਹੀ ਡਿਪਾਰਟਮੈਂਟ ਡਿਪਾਰਟਮੈਂਟ ਦੀ ਜੋ ਪੋਸਟਲ ਸਟੈਂਪ ਹੈ ਤੇ ਐਨ ਬਲਵ ਹੈ ਉਸ ਦੇ ਉੱਪਰ ਜੋ ਖਰਚਾ ਆਉਂਦਾ ਸੀ ਉਸ ਵਿੱਚ ਵੀ ਕਮੀ ਆਵੇਗੀ ਜੋ ਰਕਮ ਜੀਪੀਐਫ ਫੰਡ ਦੇ ਵਿੱਚ ਹੈੱਡ ਆਫਿਸ ਦੇ ਵਿੱਚ ਹੁੰਦਾ ਸੀ ਬਾਈ ਹੈਂਡ ਕਾਪੀ ਲੈਣ ਲਈ ਮੁਲਾਜ਼ਮ ਦਫ਼ਤਰ ਜਾਂਦੇ ਸੀ ਉਸ ਉਪਰਾਲੇ ਦੇ ਨਾਲ ਖਰਚਾ ਵੀ ਘਟ ਹੋਵੇਗਾ ਤੇ ਜੋ ਰਕਮ ਮੁਲਾਜ਼ਮਾਂ ਦਾ ਹੈੱਡ ਆਫਿਸ ਦੇ ਵਿੱਚ ਹੁੰਦਾ ਸੀ ਉਹ ਵੀ ਘਟ ਹੋਵੇਗਾ ਆਨਲਾਈਨ ਹੋਣ ਕਰਕੇ ਇਸ ਕੰਮ ਵਿੱਚ ਵੀ ਤੇਜ਼ੀ ਆਵੇਗੀ ਇਸ ਵਿੱਚ ਇਲੈਕਟ੍ਰੋਨਿਕ ਕਾਪੀ ਜਦੋਂ ਤੁਸੀਂ ਆਪਣਾ ਵਿਡਰੋ ਨਾਨ ਰਿਫੰਡੇਬਲ ਪੀਰੀਅਡਿਟਿਡ ਪ੍ਰੀਓਡੀਟਿਡ ਐਡਵਾਂਸ ਦੇ ਲਈ ਜੋ ਜਦੋਂ ਅਪਲਾਈ ਕਰੋਗੇ ਤਾਂ ਜੋ ਇਸ ਦੀ ਕਾਪੀ ਜੋ ਇਸ ਦਾ ਹੋਵੇਗਾ ਉਹ ਤੁਹਾਡੀ ਆਈਡੀ ਦੇ ਵਿੱਚ ਜੋ ਇਸ ਦਾ ਆਰਡਰ ਹੋਵੇਗਾ ਉਹ ਆ ਜਾਵੇਗਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਅਪਡੇਟ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ